ਇੱਕ ਟਿੱਪਰ ਤੇ ਬਾਈਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਜਦਕਿ ਦੂਸਰੇ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਟਿੱਪਰ ਦੇ ਵੱਲੋਂ ਪਹਿਲਾਂ ਤਾਂ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਜਾਂਦੀ ਹੈ, ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਜੋ ਬਾਈਕ ਸਵਾਰ ਨੇ ਉਹ ਸੜਕ ਤੇ ਡਿੱਗ ਜਾਂਦੇ ਨੇ। ਹਾਲਾਂਕਿ ਜਦੋਂ ਸੜਕ ਤੇ ਡਿੱਗਦੇ ਨੇ ਤਾਂ ਟਿੱਪਰ ਰੁਕਣ ਦੀ ਬਜਾਏ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਦੇ ਸਿਰ ਦੀ ਉੱਪਰ ਦੀ ਨਿਕਲ ਜਾਂਦਾ ਹੈ ਤੇ ਦੂਸਰਾ ਨੌਜਵਾਨ ਜੋ ਬਾਈਕ ਦੇ ਉੱਤੇ ਬੈਠਾ ਹੁੰਦਾ ਉਹ ਟਿੱਪਰ ਤੋਂ ਥੋੜੀ ਦੂਰੀ ਤੇ ਗਿਰਦਾ ਹੈ, ਜਿਸ ਕਾਰਨ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਨੌਜਵਾਨ ਦੇ ਸਿਰ ਦੇ ਉੱਪਰ ਦੀ ਇਹ ਟਿੱਪਰ ਨਿਕਲਿਆ ਉਸਦੀ ਖੋਪੜੀ ਦੇ ਕਿਹਾ ਜਾ ਰਿਹਾ ਕਿ ਕਈ ਹਿੱਸੇ ਹੋ ਜਾਂਦੇ ਨੇ, ਇੰਨੇ ਭਿਆਨਕ ਤਰੀਕੇ ਦੇ ਨਾਲ ਇਹ ਟਿੱਪਰ ਉਸਦੇ ਉੱਪਰੋਂ ਦੀ ਨਿਕਲਦਾ। ਹਾਲਾਂਕਿ ਰੇਤ ਦੇ ਨਾਲ ਕਿਹਾ ਜਾ ਰਿਹਾ ਕਿ ਪਹਿਲਾਂ ਇਹ ਭਰਿਆ ਹੋਇਆ ਸੀ ਪਰ ਜਦੋਂ ਖਾਲੀ ਹੋ ਕੇ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜੋ ਬਾਈਕ ਸਵਾਰ ਨੇ ਉਹ ਕੰਮ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਟਿੱਪਰ ਚਾਲਕ ਦੀ ਲਾਪਰਵਾਹੀ ਦੇ ਨਾਲ ਇਹ ਹਾਦਸਾ ਵਾਪਰ ਗਿਆ। ਫਿਲਹਾਲ ਟਿੱਪਰ ਚਾਲਕ ਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਪਰ ਟਿੱਪਰ ਨੂੰ ਪੁਲਿਸ ਦੇ ਵੱਲੋਂ ਕਾਬੂ ਕਰਕੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਦਾ ਮਾਲਕ ਕੌਣ ਹੈ, ਕੌਣ ਇਸ ਟਿੱਪਰ ਨੂੰ ਚਲਾ ਰਿਹਾ ਸੀ। ਤਾਂ ਉਸਦੀ ਭਾਲ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਛਾਪੇਮਾਰੀ ਵੀ ਤੇਜ਼ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਨੌਜਵਾਨ ਦੇ ਸਿਰ ਦੇ ਉੱਪਰ ਦੀ ਟਿੱਪਰ ਨਿਕਲ ਜਾਂਦਾ ਹੈ ਜਿਸ ਦੇ ਕਾਰਨ ਉਸਦੀ ਖੋਪੜੀ ਦੇ ਕਈ ਹਿੱਸੇ ਹੋ ਜਾਂਦੇ ਨੇ। ਅੱਜ ਕੋਈ 8:30-9 ਵਜੇ ਸਾਨੂੰ ਇੰਟੀਮੇਸ਼ਨ ਮਿਲੀ ਸੀ ਵੀ ਹੁੰਦਲ ਚੌਂਕ ਨੇੜੇ ਦੋ ਮੁੰਡੇ ਮੋਟਰਸਾਈਕਲ 'ਤੇ ਆ ਰਹੇ ਸੀ, ਉਹਨਾਂ ਦਾ ਕਿਸੇ ਟਿੱਪਰ ਚਾਲਕ ਨਾਲ ਐਕਸੀਡੈਂਟ ਹੋ ਗਿਆ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਜਿਹੜਾ ਮੁੰਡਾ ਸੀਗਾ ਇਹ ਅਮਨਪ੍ਰੀਤ ਸਿੰਘ, ਇਹ ਭਾਮੀਆਂ ਦਾ ਸੀਗਾ, 21-22 ਸਾਲੇ ਦੀ ਉਮਰ ਆ, ਇਹਦੀ ਮੌਕੇ 'ਤੇ ਡੈਥ ਹੋ ਗਈ ਸੀ। ਇਹਦੀ ਬੋਡੀ ਲਿਆ ਕੇ ਸਿਵਲ ਹਸਪਤਾਲ ਰਖਾਈ ਆ, ਦੂਜਾ ਮੁੰਡਾ ਇੱਥੇ ਸਿਵਲ ਹਸਪਤਾਲ ਹੁਣੇ ਪਹੁੰਚਿਆ ਹੀ ਆ ਅਤੇ ਉਹ ਇੰਜਰਡ ਆ। ਮੌਕੇ 'ਤੇ ਜੋ ਵੀ ਹੈਗਾ ਉਹਦੀ ਕਾਰਵਾਈ, ਇਹਦੇ ਜਿਹੜੇ ਵਾਰਸਾਂ ਦੇ ਬਿਆਨਾਂ 'ਤੇ ਕਾਰਵਾਈ ਸਵੇਰੇ ਕੀਤੀ ਜਾ ਰਹੀ ਹੈ। ਜਮਾਲਪੁਰ ਜੀ, ਟਿੱਪਰ ਸਾਡੇ ਕੋਲ ਮੌਕੇ 'ਤੇ ਖੜ੍ਹਾ ਜੀ, ਉੱਥੇ ਪੁਲਿਸ ਸਾਡੀ ਖੜ੍ਹੀ ਹੈ। ਡਰਾਈਵਰ ਜਿਹੜਾ ਐਟ ਦੀ ਸਪੋਰਟ ਛੱਡ ਕੇ ਭੱਜ ਗਿਆ, ਉਹ ਵੀ ਅਸੀਂ ਟਰੇਸ ਕਰ ਲਾਂਗੇ। ਰੇਤ ਵਾਲਾ ਸੀ ਪਰ ਖਾਲੀ ਸੀ ਇਸ ਟਾਈਮ, ਉਹ ਹਾਲੇ ਕੋਈ ਸੀਨ ਨਹੀਂ ਆਇਆ, ਉਹ ਇਨਵੈਸਟੀਗੇਸ਼ਨ ਜੋ ਆਏਗਾ ਉਹ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ। ਬ੍ਰਦਰ ਹਾਲੇ ਤਾਂ ਪਹੁੰਚੇ ਸੀ ਮੌਕੇ 'ਤੇ, ਰਾਤ ਦਾ ਟਾਈਮ ਹੈ, ਫਿਲਹਾਲ ਹਾਲੇ ਕੁਛ ਪਤਾ ਨਹੀਂ, ਹਾਲੇ ਤਾਂ ਬੋਡੀ ਲਿਆ ਕੇ ਰੱਖੀ ਹੈ। ਇੰਨਾ ਕੁ ਪਤਾ ਲੱਗਿਆ ਸੀ ਕਿਸੇ ਫੈਕਟਰੀ 'ਚ ਕੰਮ ਕਰਦਾ ਸੀ ਭਾਮੀਆਂ ਕਲਾ ਜੀ।